ਸਤਿ ਸ਼੍ਰੀ ਅਕਾਲ ਜੀ ਮੈਂ ਅਜਾਦ ਸਿੰਘ ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕਰ ਲਿਆ ਗਿਆ ਜੀ ਹਾਂ ਸਹੀ ਸੁਣਿਆ ਤੁਸੀਂ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕਰ ਲਿਆ ਗਿਆ ਕਿ ਕਿਸ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਇਹ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਇਹ ਤੁਹਾਨੂੰ ਦੱਸ ਦਈਏ ਕਿ ਵੀਕੇ ਪਵਰਾ ਵੱਲੋਂ ਕੇਂਦਰ ਦੇ ਵਿੱਚ ਜਾਣ ਦੀ ਇੱਛਾ ਜ਼ਾਹਿਰ ਕੀਤੀ ਗਈ ਸੀ ਇੱਛਾ ਉਹਨਾਂ ਦੇ ਵੱਲੋਂ ਪ੍ਰਗਟਾਈ ਗਈ ਸੀ ਤੇ ਨਾਲ ਦੀ ਨਾਲ 2 ਮਹੀਨੇ ਦੀ ਛੁੱਟੀ ਉਹਨਾਂ ਵੱਲੋਂ ਪੰਜਾਬ ਸਰਕਾਰ ਤੋਂ ਲਿਖਤੀ ਤੌਰ ਤੇ ਮੰਗੀ ਗਈ ਸੀ ਜਿਸ ਨੂੰ ਭਗਵੰਤ ਮਾਨ ਵੱਲੋਂ ਕੱਲ ਇਜਾਜ਼ਤ ਦੇ ਦਿੱਤੀ ਗਈ ਛੁੱਟੀ ਦੀ ਮਨਜ਼ੂਰੀ ਉਹਨਾਂ ਨੂੰ ਦੇ ਦਿੱਤੀ ਗਈ 2 ਮਹੀਨੇ ਦੀ ਛੁੱਟੀ ਤੇ ਵਿਕੇਪਾ ਵਰਾ ਚਲੇ ਗਏ ਨੇ ਪਰ ਇਸ ਤੋਂ ਪਹਿਲਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੈਪਟਨ ਦੀ ਸਰਕਾਰ ਦੇ ਵਿੱਚ ਦਿਨਕਰ ਗੁਪਤਾ ਨੂੰ ਡੀਜੀਪੀ ਲਗਾਇਆ ਗਿਆ ਸੀ ਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਉਂਦੀ ਹੈ ਜਿਸ ਤੋਂ ਬਾਅਦ ਜੋ ਇਕਬਾਲ ਪ੍ਰੀਤ ਸੋਹੋਤਾ ਨੇ ਉਹਨਾਂ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕਰ ਲਿਆ ਜਾਂਦਾ ਪਰ ਇਸ ਸਭ ਦੇ ਵਿੱਚ ਜਦੋਂ ਉਹਨਾਂ ਨੂੰ ਡੀਜੀਪੀ ਨਿਯੁਕਤ ਕੀਤਾ ਜਾਂਦਾ ਇਕਬਾਲ ਪ੍ਰੀਤ ਸੋਹੋਤਾ ਨੂੰ ਤਾਂ ਇਸ ਨਿਯੁਕਤੀ ਦੇ ਉੱਤੇ ਨਵਜੋਤ ਸਿੰਘ ਸਿੱਧੂ ਖਾਸ ਤੌਰ ਦੇ ਉੱਤੇ ਕਿੰਤੂ ਪਰੰਤੂ ਕਰਦੇ ਨਜ਼ਰ ਆਉਂਦੇ ਨੇ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਜਾਂਦਾ ਹੈ ਸਿਧਾਰਥ ਚਟੋਪੇਧਿਆਨ ਨੂੰ ਸੋ ਉਸ ਤੋਂ ਬਾਅਦ ਸਰਕਾਰ ਬਦਲੀ ਜਾਂਦੀ ਹੈ ਭਗਵੰਤ ਮਾਨ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਨਵੀਂ ਸਰਕਾਰ ਚੁਣੀ ਜਾਂਦੀ ਹੈ 92 ਵਿਧਾਇਕ ਜੇਕਰ ਗੱਲ ਕਰੀਏ ਆਮ ਆਦੀ ਪਾਰਟੀ ਦੇ ਚੁਣੇ ਜਾਂਦੇ ਨੇ ਤੇ ਬਹੁਮਤ ਹਾਸਲ ਕਰਦੀ ਹੈ ਆਮ ਆਦੀ ਪਾਰਟੀ ਜਿਸ ਤੋਂ ਬਾਅਦ ਨਾਵਾ ਡੀਜੀਪੀ ਨਿਯੁਕਤ ਕੀਤਾ ਜਾਂਦਾ ਹੈ ਵੀ ਕੇ ਭਵਰਾ ਨੂੰ ਪਰ ਵੀ ਕੇ ਭਵਰਾ ਅ ਇਸ਼ਿਆ ਜाहिर ਕਰਦੇ ਹੋਏ ਹੁਣ ਪਿਛਲੇ ਜੇ ਪਿਛਲੇ ਦਿਨੀ ਜੇਕਰ ਗੱਲ ਕਰੀਏ ਤਾਂ ਵੀ ਕੇ ਭਵਰਾ ਅ ਇਸ਼ਿਆ ਜाहिर ਕਰਦੇ ਨੇ ਕਿ ਉਹਨਾਂ ਨੂੰ ਡੈਪੂਟੇਸ਼ਨ ਤੇ ਕੇਂਦਰ ਵੱਲੋਂ ਭੇਜਿਆ ਜਾਣਾ ਚਾਹੀਦਾ ਕੇਂਦਰ ਦੇ ਵਿੱਚ ਜਾਣ ਦੀ ਉਹਨਾਂ ਵੱਲੋਂ ਇਸ਼ਿਆ ਜाहिर ਕਰ ਦਿੱਤੀ ਜਾਂਦੀ ਹੈ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜੋ ਦਿਨਕਰ ਗੁਪਤਾ ਨੇ ਕੈਪਟਨ ਸਰਕਾਰ ਦੇ ਵਿੱਚ ਡੀਜੀਪੀ ਸੀ ਉਹ ਵੀ ਅ ਇਸ ਵਕਤ NIA ਦੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕੇਂਦਰ ਸਰਕਾਰ ਦੇ ਵਿੱਚ ਸੋ ਹੁਣ ਵੱਡੀ ਜ਼ਿੰਮੇਵਾਰੀ ਇਸ ਨੂੰ ਕਿਹਾ ਜਾ ਸਕਦਾ NIA ਇੱਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਸ ਦੇ ਉਹ ਇਸ ਵੇਲੇ ਉਨ੍ਹਾਂ ਦੀ ਨਿਯੁਕਤੀ ਹੋਈ ਹੈ ਸੋ ਉਸ ਨੂੰ ਦੇਖਦੇ ਹੁਣ ਜੋ ਡੀਜੀਪੀ ਪੰਜਾਬ ਸੀਗੇ ਵੀਕੇ ਪਵਰਾ ਉਹਨਾਂ ਵੱਲੋਂ ਵੀ ਇਸ਼ਿਆ ਜ਼ाहिर ਕਰ ਦਿੱਤੀ ਗਈ ਸੀ ਕਿ ਉਹਨਾਂ ਨੂੰ ਵੀ ਹੁਣ ਕੇਂਦਰ ਦੇ ਵਿੱਚ ਜਾਣ ਦੀ ਇਸ਼ਿਆ ਜ਼ਾਹਰ ਕੀਤੀ ਸੀ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਪੰਜਾਬ ਸਰਕਾਰ ਤੋਂ ਅਰਜੀ ਦਿੱਤੀ ਗਈ ਕਿ ਉਹ 2 ਮਹੀਨੇ ਦੀ ਉਹ ਛੁੱਟੀ ਤੇ ਜਾਣਾ ਚਾਹੁੰਦੇ ਨੇ ਹਾਲਾਂਕਿ ਇਹਦੇ ਉੱਤੇ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਅੱਜ ਉਹਨਾਂ ਦੀ ਛੁੱਟੀ ਦੀ ਜੋ ਮਨਜ਼ੂਰੀ ਆ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਉਹ 2 ਮਹੀਨੇ ਦੀ ਛੁੱਟੀ ਤੇ ਚਲੇ ਗਏ ਨੇ ਇਸ ਸਭ ਦੇ ਵਿੱਚ ਹੁਣ ਕਿਆਸ ਲਗਾਏ ਜਾ ਰਹੇ ਸੀ ਕਿ ਅਗਲਾ ਪੰਜਾਬ ਦਾ ਡੀਜੀਪੀ ਕੌਣ ਹੋਵੇਗਾ ਸਭ ਤੋਂ ਪਹਿਲਾਂ ਜੇਕਰ ਵੱਡੇ ਨਾਮ ਦੀ ਗੱਲ ਕਰੀਏ ਤਾਂ ਉਹ ਹਰਪ੍ਰੀਤ ਸਿੱਧੂ ਦਾ ਨਾਮ ਨਿਕਲ ਕੇ ਸਾਹਮਣੇ ਆਉਂਦਾ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਏ ਡੀ ਜੀ ਪੀ ਜੇਲ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਹਦੇ ਉੱਤੇ ਸਵਾਲ ਚੁੱਕਦੇ ਹੋਏ ਅਕਾਲੀ ਦਲ ਮੇ ਮੁੱਖ ਤੌਰ ਤੇ ਅਕਾਲੀ ਦਲ ਤੋਂ ਗਨੀਵ ਕੌਰ ਮਜੀਠੀਆ ਤੇ ਜੋ ਮਜੀਠੀਆ ਵਿਕਰਮ ਮਜੀਠੀਆ ਦੀ ਧਰਮ ਪਤਨੀ ਨੇ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਐਡੀਪੀ ਜੇਲ੍ਹਾਂ ਜਦੋਂ ਹਰਪ੍ਰੀਤ ਸਿੱਧੂ ਨੂੰ ਲਗਾਇਆ ਜਾਂਦਾ ਹੈ ਤੇ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਇਸ ਨਿਯੁਕਤੀ ਨੂੰ ਲੈ ਕੇ ਤੇ ਨਾਲ ਦੀ ਨਾਲ ਹਰ ਸਿਮਰਤ ਕੌਰ ਬਾਦਲ ਵੱਲੋਂ ਵੀ ਇਸ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਤੇ ਇੱਕ ਸ਼ੱਕ ਹੈ ਜੋ ਉਹ ਜाहिर ਕੀਤਾ ਜਾਂਦਾ ਹੈ ਕਿ ਮਜੀਠੀਆ ਜੋ ਕਿ ਪਟਿਆਲਾ ਦੀ ਕੇਂਦਰੀ ਜ਼ਿਲ੍ਹੇ ਦੇ ਵਿੱਚ ਬੰਦ ਨੇ ਉਹਨਾਂ ਨੂੰ ਜਾਨ ਦਾ ਖਤਰਾ ਹੈ ਤੇ ਹਰਪ੍ਰੀਤ ਸਿੱਧੂ ਜਿਨ੍ਹਾਂ ਨੂੰ ਐਡੀਜੀਪੀ ਜੇਲ੍ਹਾਂ ਲਗਾਇਆ ਗਿਆ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕੇਗੇ ਕਿ ਇਹੋ ਪ੍ਰਾਣੀ ਰੰਜਿਸ਼ ਕੱਢ ਸਕਦੇ ਨੇ ਇਸ ਤਰੀਕੇ ਦਾ ਉਹਨਾਂ ਵੱਲੋਂ ਇਲਜ਼ਾਮਬਾਜ਼ੀ ਦਾ ਦੋ ਜੋ ਇਲਜ਼ਾਮਬਾਜ਼ੀਆਂ ਦਾ ਦੌਰ ਆਹੋ ਸ਼ੁਰੂ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਏ ਡੀ ਜ਼ੀ ਪੀ ਮਾਫ ਕਰਨਾ ਡੀ ਜ਼ੀ ਪੀ ਲਗਾਉਣਾ ਇੱਕ ਨਾਮ ਸ਼ਾਮਿਲ ਹੈ ਗੌਰਵ ਯਾਦਵ ਦਾ ਗੌਰਵ ਯਾਦਵ ਦਾ ਫਿਰ ਮੁੱਖ ਤੌਰ ਤੇ ਨਾਮ ਨਿਕਲ ਕੇ ਸਾਹਮਣੇ ਆਉਂਦਾ ਹਰਪ੍ਰੀਤ ਸਿੱਧੂ ਤੋਂ ਬਾਅਦ ਜਿਨ੍ਹਾਂ ਨੂੰ ਡੀ ਜ਼ੀ ਪੀ ਲਗਾਉਣ ਦੀ ਜੋ ਦੌੜ ਹੈ ਡੀ ਜ਼ੀ ਪੀ ਦੀ ਦੌੜ ਦੇ ਵਿੱਚ ਜੋ ਗੌਰਵ ਯਾਦਵਾ ਉਹਨਾਂ ਦਾ ਉਹਨਾਂ ਦਾ ਨਾਮ ਸ਼ਾਮਿਲ ਆਉਂਦਾ ਸ਼ਾਮਿਲ ਹੁੰਦਾ ਹੈ ਤੇ ਤੀਸਰਾ ਨਾਮ ਮੁੱਖ ਤੌਰ ਤੇ ਲਿਆ ਜਾ ਰਿਹਾ ਸੀ ਸਰਦ ਚੋਹਾਨ ਦਾ ਸ਼ਰਦ ਸਤਿਆ ਚੋਹਾਨੇ ਦਾ ਨਾਮ ਹੈ ਜਿਨ੍ਹਾਂ ਨੂੰ ਮੁੱਖ ਤੌਰ ਤੇ ਕਿਹਾ ਜਾ ਰਿਹਾ ਸੀ ਕਿ ਇਹਨਾਂ ਨੂੰ ਵੀ ਪੰਜਾਬ ਦਾ ਡੀਜੀਪੀ ਹੈ ਜੋ ਉਹ ਲਗਾਇਆ ਜਾ ਸਕਦਾ ਪਰ ਇਹਨਾਂ ਖਬਰਾਂ ਦੇ ਵਿਚਾਲੇ ਹੁਣ ਇੱਕ ਨਾਮ ਹੈ ਜੋ ਸਭ ਤੋਂ ਮੈਂ ਉੱਭਰ ਕੇ ਸਾਹਮਣੇ ਆਇਆ ਹੈ ਸਭ ਤੋਂ ਵੱਡਾ ਜੋ ਨਾਮ ਸੀ ਗੌਰਵ ਯਾਦਵ ਦਾ ਜੀ ਹਾਂ ਗੌਰਵ ਯਾਦਵ ਨੂੰ ਹੁਣ ਕਾਰਜਕਾਰੀ ਡੀਜੀਪੀ ਨਿਯੁਕਤ ਕਰ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ਨਵਾਂ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੂੰ ਚੋਣ ਲਿਆ ਗਿਆ ਤੇ ਜੋ ਵੀਕੇ ਪਵਰਾ ਨੇ ਉਹ 2 ਮਹੀਨੇ ਦੀ ਛੁੱਟੀ ਤੇ ਚਲੇ ਗਏ ਨੇ 2 ਮਹੀਨੇ ਦੀ ਛੁੱਟੀ ਦੀ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਜੇਕਰ ਪੈਨਲ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਕੁਝ ਨਾਵਾਂ ਦਾ ਪੈਨਲ ਆਇਆ ਯੂਪੀਐਸਸੀ ਨੂੰ ਭੇਜਿਆ ਜਾਂਦਾ ਹੈ ਯੂਪੀਐਸਸੀ ਬਾਅਦ ਦੇ ਵਿੱਚ ਉਹ ਤਿੰਨ ਨਾਮ ਸੁਝਾਏ ਜਾਂਦੇ ਨੇ ਉਹਦੇ ਵੱਲੋਂ ਯੂਪੀਐਸਸੀ ਵੱਲੋਂ ਕਿ ਇਹਨਾਂ ਤਿੰਨ ਨਾਵਾਂ ਦੇ ਵਿੱਚੋਂ ਤੁਸੀਂ ਫਿਰ ਪੰਜਾਬ ਦਾ ਡੀਜੀਪੀ ਉਹ ਨਿਯੁਕਤ ਕਰ ਸਕਦੇ ਹੋ ਇਸ ਤਰੀਕੇ ਦੀ ਇਹ ਵੀ ਖਬਰ ਹੈ ਕਿ ਤਿੰਨ ਯੂਪੀਐਸਸੀ ਨੂੰ ਜੋ ਨਾਵਾਂ ਦੀ ਲਿਸਟ ਭੇਜੀ ਗਈ ਆ ਉਹਨਾਂ ਦੇ ਵਿੱਚ ਜਿਹੜੇ ਮੁੱਖ ਤੌਰ ਤੇ ਨਾਮ ਸ਼ਾਮਿਲ ਕਿੱਤੇਗੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਹੁਣ ਅਪਡੇਟ ਇਹ ਹੈ ਕਿ ਜੋ ਨਵਾਂ ਡੀਜੀਪੀ ਪੰਜਾਬ ਹੈ ਕਾਰਜਕਾਰੀ ਡੀਜੀਪੀ ਉਹ ਗੌਰਵ ਯਾਦਵ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਮੁੱਖ ਸਕੱਤਰ ਰਹਿ ਚੁੱਕੇ ਨੇ ਗੌਰਵ ਯਾਦਵ ਭਗਵੰਤ ਮਾਨ ਦੇ ਸੋ ਇਸ ਤਰੀਕੇ ਦੀ ਉਹਨਾਂ ਦੀ ਨਿਯੁਕਤੀ ਹੋਈ ਹੈ ਕਾਰਜਕਾਰੀ ਉਹਨਾਂ ਨੂੰ ਡੀਜੀਪੀ ਨਿਯੁਕਤ ਕੀਤਾ ਗਿਆ ਹੈ ਗੌਰਵ ਯਾਦਵ ਦੀ ਗੱਲ ਕਰੀਏ ਤਾਂ 1992 ਬੈਚ ਦੇ ਇਹ ਆਈਪੀਐਸ ਅਧਿਕਾਰੀ ਨੇ ਤੇ ਡੀਜੀਪੀ ਐਡਮਿਨਿਸਟ੍ਰੇਸ਼ਨ ਦਾ ਹੈ ਅਹੁਦੇ ਤੇ ਸੀ ਤੇ ਹੁਣ ਇਹਨਾਂ ਨੂੰ ਡੀਜੀਪੀ ਪੰਜਾਬ ਲਗਾਇਆ ਗਿਆ ਕਾਰਜਕਾਰੀ ਕਾਰਜਕਾਰੀ ਡੀਜੀਪੀ ਪੰਜਾਬ ਇਹਨਾਂ ਨੂੰ ਲਗਾਇਆ ਗਿਆ ਫਿਲਹਾਲ ਤੇ ਯੂਪੀਐਸਸੀ ਨੂੰ ਕੁਝ ਪੈਨਲ ਜੋ ਯੂਪੀਐਸਸੀ ਨੂੰ ਪੈਨਲ ਭੇਜਿਆ ਜਾਂਦਾ ਉਹਨਾਂ ਦੇ ਵਿੱਚ ਮੁੱਖ ਤੌਰ ਤੇ ਇਹਨਾਂ ਦਾ ਵੀ ਨਾਮ ਸ਼ਾਮਿਲ ਹੈ ਜੋ ਗੌਰਵ ਯਾਦਵ ਨੇ ਡੀਜੀਪੀ ਕਾਰਜਕਾਰੀ ਡੀਜੀਪੀ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਜੇਕਰ ਗੱਲ ਕਰੀਏ ਯੂਪੀਐਸਸੀ ਨੂੰ ਜੋ ਪੰਜਾਬ ਸਰਕਾਰ ਵੱਲੋਂ ਪੈਨਲ ਭੇਜਿਆ ਗਿਆ ਉਹਨਾਂ ਦੇ ਵਿੱਚ ਕਿੰਨਾਂ ਦੇ ਨਾਮ ਸ਼ਾਮਿਲ ਕੀਤੇ ਗਏ ਨੇ ਇਸ ਤਰੀਕੇ ਦੀ ਜੋ ਖਬਰ ਹੈ ਉਹ ਤੁਹਾਨੂੰ ਦੱਸ ਦਿਆਂ ਕਿ ਪ੍ਰਮੋਦ ਕੁਮਾਰ ਨੇ ਉਹਨਾਂ ਦਾ ਨਾਮ ਹੈ 1998 1988 ਬੈਚ ਦੇ ਨੇ ਇਕਬਾਲ ਪ੍ਰੀ ਸੋਤਤਾ ਦਾ ਨਾਮ ਵੀ ਸ਼ਾਮਲ ਹੈ ਜੋ ਕਿ ਚੰਨੀ ਸਰਕਾਰ ਦੇ ਵਿੱਚ ਡੀਜੀਪੀ ਰਹਿ ਚੁੱਕੇ ਨੇ ਹਾਲਾਂਕਿ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਸਵਾਲ ਚੁੱਕੇ ਗਏ ਸੀ ਤੇ ਨਾਲ ਦੀ ਨਾਲ ਪ੍ਰਾਕ ਜੈਨ ਸੰਜੀਵ ਕਾਲੜਾ ਇਹਨਾਂ ਦੇ ਨਾਮ ਵੀ ਸ਼ਾਮਿਲ ਨੇ ਤੇ ਹਰਪ੍ਰੀਤ ਸਿੱਧੂ ਦਾ ਵੀ ਨਾਮ ਸ਼ਾਮਿਲ ਹੈ ਤੇ ਸਰਦ ਸਤਿਆ ਚੋਹਾਨ ਦਾ ਵੀ ਨਾਮ ਸ਼ਾਮਿਲ ਹੈ ਜੋ ਹੁਣ ਤੱਕ ਦੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਪੈਨਲ ਭੇਜਿਆ ਗਿਆ ਪੰਜਾਬ ਸਰਕਾਰ ਦੇ ਵਿੱਚ ਇਹਨਾਂ ਨਾਂ ਇਹੇ ਨਾਮ ਸ਼ਾਮਿਲ ਨੇ ਤੇ ਯੂਪੀਐਸਸੀ ਦੇਖਣਾ ਹੋਵੇਗਾ ਕਿੰਨਾ ਨਾਵਾਂ ਦੇ ਉੱਤੇ ਮੋਹਰ ਲਗਾਉਂਦੀ ਆ ਪਰ ਇਹ ਸਭ ਦੇ ਵਿੱਚ ਹੁਣ ਗੌਰਵ ਯਾਦਵ ਜੋ ਕਿ ਗੌਰਵ ਆਦਮ ਨੇ ਉਹਨਾਂ ਨੂੰ ਡੀਜੀਪੀ ਪੰਜਾਬ ਦਾ ਲਗਾਇਆ ਗਿਆ ਕਾਰਜਕਾਰੀ ਹਾਲਾਂਕਿ ਡੀਜੀਪੀ ਉਹਨਾਂ ਨੂੰ ਲਗਾਇਆ ਗਿਆ 6 ਮਹੀਨੇ ਦੀ ਇਹ ਅਵਧੀ ਹੋਊਗੀ ਦੇਖਣਾ ਹੋਊਗਾ ਜੋ ਪੰਜਾਬ ਦਾ ਡੀਜੀਪੀ ਹੈ ਇਹਨਾਂ ਨੂੰ ਕੰਟੀਨਿਊ ਕੀਤਾ ਜਾਂਦਾ ਜਾਂ ਫਿਰ ਇਹਨਾਂ ਦੀ ਥਾਂ ਤੇ ਜੋ ਯੂਪੀਐਸਸੀ ਪੈਨਲ ਭੇਜਦਾ ਉਹਨਾਂ ਦਾ ਇਹਨਾਂ ਦਾ ਨਾਮ ਰეკਮੈਂਡ ਕੀਤਾ ਜਾਂਦਾ ਜਾਂ ਫਿਰ ਹੋਰ ਜੋ ਨਵਾਂ ਡੀਜੀਪੀ ਹੈ ਉਹ ਪੰਜਾਬ ਦਾ ਲਗਾਇਆ ਜਾਂਦਾ ਪਰ ਹਰਪ੍ਰੀਤ ਸਿੱਧੂ ਜੋ ਕਿ ਏਡੀਸੀਪੀ ਜ਼ਿਲ੍ਹਾ ਫਿਰ ਹਾਲ ਉਹਨਾਂ ਦੀ ਨਿਯੁਕਤੀ ਹੋਈ ਆ ਉਹਨਾਂ ਦਾ ਨਾਮ ਵੀ ਸ਼ਾਮਿਲ ਸੀ ਪਰ ਉਹਨਾਂ ਨੂੰ ਹਾਲਾਂਕਿ ਡੀਜੀਪੀ ਨਹੀਂ ਲਗਾਇਆ ਗਿਆ ਇਹ ਖਬਰ ਸੀ ਕਿ ਡੀਜੀਪੀ ਪੰਜਾਬ ਹਰਪ੍ਰੀਤ ਸਿੱਧੂ ਨੂੰ ਲਗਾਇਆ ਜਾ ਸਕਦਾ ਕਿਉਂਕਿ ਉਹਨਾਂ ਨੂੰ ਨਿਯੁਕਤੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਆਈਡੀਜੀਪੀ ਜੇਲ੍ਹਾਂ ਦਾ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਜਿਹਦੇ ਉੱਤੇ ਕਿੰਤੂ ਪਰੰਤੂ ਸ਼ਰਮਣੇ ਅਕਾਲੀ ਦਲ ਕਰਦਾ ਆ ਖਾਸ ਤੌਰ ਦੇ ਉੱਤੇ ਗਨੀਪ ਕੌਰ ਮਜੀਠੀਆ ਹਰ ਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਵੱਲੋਂ ਉਂਗਲਾਂ ਚੁੱਕੀਆਂ ਗਈਆਂ ਕਿ ਉਹ ਮਜੀਠੀਆ ਦੇ ਨਾਲ ਵਿਕਰਮ ਮਜੀਠੀਆ ਜੋ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਨਾਲ ਖਾਰਖਾਨੇ ਨੇ ਉਹਨਾਂ ਦੇ ਉੱਤੇ ਬਰਾਮਦਗੀ ਦਾ ਮਾਮਲਾ ਪਾ ਸਕਦੇ ਨੇ ਉਹਨਾਂ ਨੂੰ ਟਾਰਚਰ ਕੀਤਾ ਜਾ ਸਕਦਾ ਜਾਂ ਫਿਰ ਉਹਨਾਂ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਸਵਾਲ ਚੁੱਕਦੇ ਰਿਹਾ ਸ਼੍ਰੋਮਣ ਅਕਾਲੀ ਦਲ ਤੇ ਨਾਲ ਦੀ ਨਾਲ ਹੁਣ ਗੌਰਵ ਯਾਦਮ ਨੇ ਜੋ ਉਹਨਾਂ ਨੂੰ ਨਿਯੁਕਤ ਕਰ ਲਿਆ ਗਿਆ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਕਾਰਜਕਾਰੀ ਹਾਲਾਂਕਿ ਉਹਨਾਂ ਨੂੰ ਡੀਜੀਪੀ ਨਿਯੁਕਤ ਕੀਤਾ ਗਿਆ ਸੋ ਪੰਜਵਾਂ ਡੀਜੀਪੀ ਹੋਊਗਾ ਜੇਕਰ ਇਹ ਕੰਟੀਨਿਊ ਰਹਿੰਦੇ ਨੇ ਤਾਂ ਪੰਜਾਬ ਦਾ ਇਹ ਪੰਜਵਾਂ ਡੀਜੀਪੀ ਨਿਯੁਕਤ ਕੀਤਾ ਹੋਊਗਾ ਕੈਪਟਨ ਸਰਕਾਰ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਸ਼ਾਂਤੀ ਦੇ ਮਾਹੌਲ ਨੂੰ ਲੈ ਕੇ ਗੱਲ ਕਰ ਲਈ ਜਾਵੇ ਸਵਾਲ ਉੱਠਦੇ ਆ ਰਹੇ ਸੀ ਭਗਵੰਤ ਮਾਨ ਸਰਕਾਰ ਦੇ ਉੱਤੇ ਸਵਾਲ ਚੱਕੇ ਜਾ ਰਹੇ ਸੀ ਸੋ ਉਸ ਨੂੰ ਦੇਖਦੇ ਹੋਏ ਹੁਣ ਨਵਾਂ ਡੀਜੀਪੀ ਲਗਾਉਣ ਦੀ ਕਵਾਇਤ ਸ਼ੁਰੂ ਹੋ ਚੁੱਕੀ ਆ ਹੁਣ ਜੋ ਕਾਰਜਕਾਰੀ ਡੀਜੀਪੀ ਆ ਉਹ ਗੌਰਵ ਯਾਦਵ ਨੂੰ ਲਗਾ ਦਿੱਤਾ ਗਿਆ ਸੋ ਦੇਖਣਾ ਹੋਊਗਾ ਜੋ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਇਹਨਾਂ ਨੂੰ ਇਹ ਪੱਕੇ ਤੌਰ ਦੇ ਉੱਤੇ ਡੀਜੀਪੀ ਪੰਜਾਬ ਦੇ ਲਗਾਏ ਜਾਂਦੇ ਨੇ ਜਾਂ ਫਿਰ ਯੂਪੀਐਸਸੀ ਪੈਨਲ ਵੱਲੋਂ ਯੂਪੀਐਸਸੀ ਦੇ ਵਿੱਚ ਜੋ ਨਾਮ ਰეკਮੈਂਡ ਕਰਕੇ ਭੇਜੇ ਜਾਂਦੇ ਨੇ ਉਹਨਾਂ ਦੇ ਵਿੱਚ ਕਿਸ ਦਾ ਨਾਮ ਸ਼ਾਮਿਲ ਕੀਤਾ ਜਾਂਦਾ ਗੌਰਵ ਯਾਦਵ ਰਹਿਣਗੇ ਜਾਂ ਫਿਰ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ ਸੀ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਵਿਨਿੰਗ ਪੰਜਾਬ